ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਆ ਉਹਦਾ ਟਾਈਟਲ ਆ ਕਿ ਪਰਮੇਸ਼ਵਰ ਸਾਨੂੰ ਬਦਲਣਾ ਚਾਹੁੰਦਾ ਆ। ਹਾਲੇਲੂਇਆ। ਪ੍ਰਭੂ ਜੀ ਸਾਨੂੰ ਬਦਲਣਾ ਚਾਹੁੰਦੇ ਆ ਔਰ ਉਹ ਸਾਨੂੰ ਕਿਸ ਤਰ੍ਹਾਂ ਦਾ ਬਦਲ ਕੇ ਬਣਾਉਣਾ ਚਾਹੁੰਦੇ ਆ ਉਸ ਚੀਜ਼ ਨੂੰ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਆ। ਹਾਲੇਲੂਇਆ। ਆਓ ਆਪਾਂ ਦੇਖਦੇ ਹਾਂ ਕੁਲਸੀਆਂ ਦੀ ਕਿਤਾਬ ਨਵੇਂ ਨੇਮ ਦੇ ਵਿੱਚ ਕੁਲਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਅਤੇ ਉਹਦੀ 1 ਤੋਂ 6 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਾਂਗੇ। ਇੱਥੇ ਲਿਖਿਆ, ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ। ਹਾਲੇਲੂਇਆ। ਸੋ ਵਚਨ ਦੇ ਸ਼ੁਰੂ ਦੇ ਵਿੱਚ ਹੀ ਕੀ ਆ, ਜੇਕਰ ਤੁਸੀਂ ਮਸੀਹ ਦੇ ਨਾਲ ਜੁਆਏ ਗਏ ਆ, ਮਤਲਬ ਜੇਕਰ ਤੁਸੀਂ ਨਵਾਂ ਜੀਵਨ ਪਾ ਲਿਆ ਆ, ਤੌਬਾ ਕਰ ਲਈ ਆ, ਤੁਸੀਂ ਪ੍ਰਭੂ ਯੇਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਲਿਆ ਆ, ਫਿਰ ਕੀ ਕਹਿੰਦਾ, ਤੁਸੀਂ ਉਤਾਂਹ ਦੀਆਂ ਗੱਲਾਂ ਮਗਰ ਲੱਗੇ ਰਹੋ। ਉਤਾਂਹ ਦਾ ਕੀ ਮਤਲਬ ਆ? ਸਵਰਗੀ ਗੱਲਾਂ ਦੇ ਮਗਰ, ਆਤਮਕ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ। ਅਸੀਂ ਉਹਨਾਂ ਗੱਲਾਂ ਦੇ ਮਗਰ ਲੱਗਣਾ ਆ ਜਿਹੜੀਆਂ ਗੱਲਾਂ ਨੇ ਮਸੀਹ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਬਿਠਾ ਲਿਆ ਹੈ, ਉਹਨਾਂ ਗੱਲਾਂ ਦੇ ਮਗਰ ਜਿਹੜੀਆਂ ਸਵਰਗ ਤੋਂ ਆ, ਜਿਹੜੀਆਂ ਪਰਮੇਸ਼ਵਰ ਦੇ ਆਤਮਾ ਦੇ ਅਨੁਸਾਰ ਆ, ਔਰ ਜਿਹਨਾਂ ਗੱਲਾਂ ਤੇ ਚਿੱਤ ਲਾਉਣ ਦੇ ਨਾਲ ਅਸੀਂ ਵੀ ਸਵਰਗ ਦੇ ਵਿੱਚ ਪਰਮੇਸ਼ਵਰ ਦੇ ਸੱਜੇ ਪਾਸੇ ਹੋ ਸਕਦੇ ਹਾਂ। ਹਾਲੇਲੂਇਆ। ਸੋ ਹਰ ਬੰਦੇ ਦੇ ਕੋਲ ਇੱਕ ਵੱਖਰੀ ਦੌੜ ਆ ਜਿਹੜੀ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਆ, ਉਹ ਦੌੜ ਕੰਪਲੀਟਲੀ ਡਿਫਰੈਂਟ ਆ, ਉਹ ਬਿਲਕੁਲ ਵੱਖਰੀ ਆ। ਕਿਸੇ ਦੀ ਦੌੜ ਪੈਸਾ ਆ, ਕਿਸੇ ਦੀ ਦੌੜ ਵਿਦੇਸ਼ ਆ, ਕਿਸੇ ਦੀ ਦੌੜ ਕਿਸੇ ਤਰ੍ਹਾਂ ਦੀ ਆ, ਪਰ ਜੋ ਪਰਮੇਸ਼ਵਰ ਨੇ ਸਾਨੂੰ ਦੌੜ ਦਿੱਤੀ ਉਹ ਕੀ ਆ? ਸਦੀਪਕ ਜੀਵਨ। ਤਾਂ ਅਸੀਂ ਉਹਨਾਂ ਗੱਲਾਂ ਤੇ ਚਿੱਤ ਲਾਉਣਾ ਆ ਜਿਹੜੀਆਂ ਗੱਲਾਂ ਕਰਨ ਦੇ ਨਾਲ, ਜਿਹੜੇ ਕੰਮ ਕਰਨ ਦੇ ਨਾਲ ਸਾਨੂੰ ਸਦੀਪਕ ਜੀਵਨ ਪ੍ਰਾਪਤ ਹੋ ਸਕਦਾ ਹੈ। ਜੇਕਰ ਕੋਈ ਵੀ ਗੱਲ ਸਾਡੇ ਜੀਵਨ ਦੇ ਵਿੱਚ ਇਹੋ ਜਿਹੀ ਆ ਜਿਹੜੀ ਸਾਡੇ ਸਦਾ ਦੇ ਜੀਵਨ ਨੂੰ ਖਰਾਬ ਕਰ ਸਕਦੀ ਆ, ਜਿਹੜੇ ਜਿਹੜੀ ਗੱਲ ਸਾਨੂੰ ਸਵਰਗ ਤੋਂ ਬਾਹਰ ਰੱਖ ਸਕਦੀ ਆ, ਜਿਹੜੀ ਸਾਨੂੰ ਪਰਮੇਸ਼ਵਰ ਦੇ ਵਿਰੁੱਧ ਕਰਦੀ ਆ, ਉਸ ਗੱਲ ਵੱਲ ਨੂੰ ਅਸੀਂ ਜਾਣਾ ਨਹੀਂ, ਉਸ ਕੰਮ ਬਾਰੇ ਅਸੀਂ ਸੋਚਣਾ ਵੀ ਨਹੀਂ, ਉਹ ਕੰਮ ਕਰਨਾ ਵੀ ਨਹੀਂ। ਹਾਲੇਲੂਇਆ। ਕਹਿੰਦਾ ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ। ਉਤਾਂਹ ਦੀਆਂ ਗੱਲਾਂ ਤੇ ਚਿੱਤ ਲਾਉਣਾ, ਆਤਮਕ ਗੱਲਾਂ ਉੱਤੇ ਚਿੱਤ ਲਾਉਣਾ, ਧਰਤੀ ਦੀਆਂ ਗੱਲਾਂ ਉੱਤੇ ਨਹੀਂ। ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ ਦਾ ਮਤਲਬ ਕੀ ਆ? ਕਈ ਵਾਰੀ ਅਸੀਂ ਇੰਨੀ ਮਿਹਨਤ ਕਰਦੇ ਹਾਂ ਸਾਰਾ ਕੁਛ ਇਸ ਧਰਤੀ ਤੇ ਬਣਾਉਣ ਦੇ ਲਈ ਕਿ ਸਾਰਾ ਕੁਛ ਮੈਨੂੰ ਮਿਲ ਜੇ, ਸਾਰਾ ਕੁਛ ਮੇਰੇ ਹੱਥ ਦੇ ਵਿੱਚ ਹੋ ਜੇ, ਸਾਰੀਆਂ ਖੁਸ਼ੀਆਂ ਮੇਰੇ ਕੋਲ ਹੋਣ, ਪੈਸਾ ਬਹੁਤ ਹੋਵੇ ਮੇਰੇ ਕੋਲੇ, ਰੁਤਬਾ ਮੇਰਾ ਬਹੁਤ ਵੱਡਾ ਹੋਵੇ। ਇਸ ਹੋੜ ਦੇ ਵਿੱਚ ਕਈ ਵਾਰੀ ਅਸੀਂ ਪਰਮੇਸ਼ਵਰ ਨੂੰ ਯਾਦ ਤੱਕ ਨਹੀਂ ਕਰਦੇ, ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੇ ਜੋ ਕੁਛ ਸਾਨੂੰ ਦਿੱਤਾ ਉਹਦੇ ਲਈ ਧੰਨਵਾਦ ਨਹੀਂ ਕਰਦੇ, ਬਸ ਦੌੜੀ ਜਾਂਦੇ ਹਾਂ ਦੌੜੀ ਜਾਂਦੇ ਹਾਂ, ਔਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇੱਥੇ ਮੁਸਾਫਿਰ ਹਾਂ, ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਹਾਂ, ਪਰ ਅਸੀਂ ਇੱਥੇ ਟੈਂਪਰੇਰੀਲੀ ਜਿਹੜਾ ਵੀਜ਼ਾ ਆ ਉਹਦੇ ਉੱਤੇ ਆਏ ਹਾਂ, ਟੂਰਿਸਟ ਵੀਜ਼ੇ ਦੇ ਉੱਤੇ ਅਸੀਂ ਇਸ ਧਰਤੀ ਦੇ ਉੱਤੇ ਆਏ ਹਾਂ, ਇਹ ਸਾਡਾ ਪਰਮਾਨੈਂਟ ਰਹਿਣ ਦਾ ਦੇਸ਼ ਨਹੀਂ ਆ, ਅਸੀਂ ਇੱਥੋਂ ਜਾਣਾ ਆ, ਪਰ ਜਿੱਥੇ ਅਸੀਂ ਪਰਮਾਨੈਂਟ ਜਾਣਾ ਆ ਉੱਥੇ ਜਾਣ ਦੇ ਲਈ ਇੱਥੇ ਰਹਿ ਕੇ ਸਾਨੂੰ ਕੁਛ ਤਿਆਰੀ ਕਰਨੀ ਪੈਣੀ ਆ। ਜਿੱਦਾਂ ਜੇ ਤੁਸੀਂ ਕੈਨੇਡਾ ਨੂੰ ਜਾਣਾ ਆ, ਕੈਨੇਡਾ ਨੂੰ ਤੁਸੀਂ ਇੰਡੀਆ ਦੇ ਵਿੱਚ ਆ, ਤੁਸੀਂ ਕੈਨੇਡਾ ਜਾਣ ਦੀ ਤਿਆਰੀ ਕੈਨੇਡਾ ਪਹੁੰਚ ਕੇ ਕਰੋਗੇ ਕਿ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ? ਆਪਣੇ ਦੇਸ਼ ਵਿੱਚ ਰਹਿ ਕੇ ਕਰੋਗੇ ਨਾ, ਜਿੱਥੇ ਤੁਸੀਂ ਹੈਗੇ ਆ, ਤਾਂ ਤੁਹਾਨੂੰ ਉੱਥੋਂ ਦੇ ਕਾਗਜ਼ ਪੱਤਰ ਪੂਰੇ ਕਰਨੇ ਪੈਣੇ ਆ,
ਉੱਥੇ ਤੁਹਾਨੂੰ ਜੋ ਕੁਝ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਆ। ਇਦਾਂ ਹੀ ਆਪਾਂ ਸਵਰਗ ਨੂੰ ਜਾਣ ਦੇ ਲਈ ਇਸ ਧਰਤੀ ਤੇ ਰਹਿ ਕੇ ਤਿਆਰੀ ਕਰਨੀ ਆ, ਸਵਰਗ ਵਿੱਚ ਟਿਕਣ ਦੇ ਲਈ ਸਵਰਗ ਵਿੱਚ ਜਾ ਕੇ ਤਿਆਰੀ ਨਹੀਂ ਕਰ ਹੋਣੀ, ਇੱਥੋਂ ਤਿਆਰ ਹੋ ਕੇ ਜਾਵਾਂਗੇ। ਜੇ ਆਪਾਂ ਖਰੇ ਨਿਕਲੇ ਇੰਟਰਵਿਊ ਦੇ ਵਿੱਚ ਪਾਸ ਹੋ ਗਏ, ਆਪਣੇ ਆਪਣੇ ਕਾਗਜ਼ ਪਸੰਦ ਆ ਗਏ, ਆਪਣਾ ਨਾਮ ਉਸ ਬੁੱਕ ਆਫ ਲਾਈਫ ਦੇ ਵਿੱਚ ਨਿਕਲ ਆਇਆ, ਜੀਵਨ ਦੀ ਪੋਥੀ ਵਿੱਚ ਨਿਕਲ ਆਇਆ, ਫਿਰ ਆਪਾਂ ਸਵਰਗ ਨੂੰ ਜਾਣਾ ਆ, ਨਹੀਂ ਤੇ ਛੱਡ ਦਿੱਤੇ ਜਾਣਾ ਆ। ਇਸ ਲਈ ਵਚਨ ਸਾਨੂੰ ਕੀ ਕਹਿੰਦਾ, ਧਰਤੀ ਦੀਆਂ ਗੱਲਾਂ ਤੇ ਚਿੱਤ ਨਾ ਲਾਓ, ਉਤਾਂ ਦੀਆਂ ਗੱਲਾਂ ਤੇ ਚਿੱਤ ਲਾਓ। ਚੇਤੇ ਰੱਖੋ ਕਿ ਅਸੀਂ ਸਵਰਗ ਨੂੰ ਜਾਣਾ ਆ। ਜੇ ਅਸੀਂ ਇਹ ਚੇਤੇ ਰੱਖਾਂਗੇ ਅਸੀਂ ਸਵਰਗ ਨੂੰ ਜਾਣਾ ਆ, ਅਸੀਂ ਇੱਥੇ ਮੁਸਾਫਰ ਆ, ਤਾਂ ਹੀ ਅਸੀਂ ਉਹ ਕੰਮ ਕਰ ਪਾਵਾਂਗੇ ਜਿਹੜੇ ਸਵਰਗ ਨੂੰ ਜਾਣ ਦੇ ਲਈ ਜ਼ਰੂਰੀ ਆ। ਪਰ ਜੇ ਆਪਾਂ ਨੂੰ ਚੇਤਾ ਨਾ ਆਇਆ ਫਿਰ ਆਪਣੇ ਤੋਂ ਉਹ ਕੰਮ ਵੀ ਨਹੀਂ ਕਰ ਹੋਣਾ। ਇਸ ਲਈ ਜਦ ਕਦੇ ਵੀ ਕੋਈ ਕੰਮ ਕਰੋ ਚੇਤਾ ਰੱਖਣਾ ਇਸ ਗੱਲ ਦਾ, ਇਹ ਕੰਮ ਮੈਨੂੰ ਸਵਰਗ ਵਿੱਚ ਜਾਣ ਤੋਂ ਰੋਕਦਾ ਤੇ ਨਹੀਂ, ਇਹ ਕੰਮ ਮੇਰੇ ਪਰਮੇਸ਼ਵਰ ਨੂੰ ਪਸੰਦ ਆ। ਚਾਹੇ ਆਪਾਂ ਗੱਲਾਂ ਹੀ ਕਰਦੇ ਆ, ਵਚਨ ਵਿੱਚ ਲਿਖਿਆ ਹਰ ਗੱਲ ਦਾ ਹਿਸਾਬ ਹੋਣਾ, ਭਾਵੇਂ ਚੰਗੀ ਆ ਤੇ ਭਾਵੇਂ ਮਾੜੀ ਆ। ਕਹਿੰਦਾ ਜਿਹੜੀਆਂ ਵਿਅਰਥ ਵਿੱਚ ਗੱਲਾਂ ਕੀਤੀਆਂ ਉਹਨਾਂ ਦਾ ਵੀ ਹਿਸਾਬ ਹੋਣਾ ਆ, ਤੇ ਜਦ ਕਦੇ ਕਿਸੇ ਨਾਲ ਗੱਲ ਵੀ ਕਰਨੀ ਆ ਧਿਆਨ ਨਾਲ ਗੱਲ ਕਰਨੀ ਆ ਵੀ ਇਹ ਗੱਲ ਸਵਰਗਦੂਤ ਸੁਣਦੇ ਪਏ ਆ, ਇਹ ਗੱਲ ਮੇਰੀ ਜਿਹੜੀ ਆ ਉੱਤੇ ਜਾ ਕੇ ਨੋਟ ਕਰਵਾਈ ਜਾਣੀ ਆ ਮੈਂ ਕੀ ਬੋਲ ਰਿਹਾ ਆ, ਅਰੇ ਰਿਕਾਰਡ ਹੋ ਰਹੀ ਆ, ਲਿਖੀ ਜਾ ਰਹੀ ਆ, ਇਸ ਗੱਲ ਦਾ ਮੈਂ ਲੇਖਾ ਦੇਣਾ ਆ। ਕਈ ਵਾਰੀ ਆਪਾਂ ਵੱਡੇ ਬਣਨ ਨੂੰ, ਚੰਗੇ ਬਣਨ ਨੂੰ, ਅਕਲ ਵਾਲੇ ਬਣਨ ਨੂੰ, ਆਪਾਂ ਦੂਜੇ ਨੂੰ ਨੀਵਾਂ ਦਿਖਾਉਣ ਨੂੰ ਝੂਠ ਮੂਠ ਹੀ ਕਈ ਗੱਲਾਂ ਕਰ ਦਿੰਦੇ ਹਾਂ ਜਿਹੜੀਆਂ ਕਿ ਸੱਚ ਨਹੀਂ ਹੁੰਦੀਆਂ। ਪਰ ਜੋ ਵੀ ਗੱਲ ਕਰਨੀ ਉਸ ਲਈ ਇਹ ਚੇਤਾ ਰੱਖਣਾ ਕਿ ਜੋ ਮੈਂ ਝੂਠ ਬੋਲ ਰਿਹਾ ਇਸ ਬੰਦੇ ਨੂੰ ਸੱਚ ਲੱਗ ਸਕਦਾ ਆ, ਪਰ ਇੱਕ ਹੈਗਾ ਆ ਜਿਹਦੇ ਅੱਗੇ ਝੂਠ ਝੂਠ ਆ ਤੇ ਸੱਚ ਸੱਚ ਹੀ ਆ, ਜਿਹਨੂੰ ਮੇਰੇ ਬਾਰੇ ਸਭ ਕੁਛ ਪਤਾ ਆ, ਜਿਹਨੂੰ ਮੇਰੇ ਬੀਤ ਚੁੱਕੇ ਬਾਰੇ ਸਭ ਕੁਛ ਪਤਾ ਆ, ਜਿਹਨੂੰ ਮੇਰੇ ਆਉਣ ਵਾਲੇ ਸਮੇਂ ਦੇ ਬਾਰੇ ਵੀ ਸਭ ਕੁਛ ਪਤਾ ਆ। ਇਹ ਆ ਉਤਾਹਾਂ ਦੀਆਂ ਗੱਲਾਂ ਤੇ ਚਿੱਤ ਲਾਉਣ, ਹਾਲੇਲੂਇਆ, ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ ਹੈ। ਇਹ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਤੌਬਾ ਕੀਤੀ ਆ। ਕਹਿੰਦਾ ਕਰਕੇ ਹੁਣ ਤੁਸੀਂ ਮੋਏ ਆ ਤੇ ਮਸੀਹ ਵਿੱਚ ਤੁਹਾਡਾ ਜੀਵਨ ਜਿਹੜਾ ਆ ਉਹ ਪਰਮੇਸ਼ਵਰ ਦੇ ਅੱਗੇ ਗੁਪਤ ਹੋਇਆ ਆ। ਕਿੱਦਾਂ? ਜਿਹੜੇ ਅਸੀਂ ਪਾਪ ਵੱਲੋਂ ਮਰ ਗਏ ਆ, ਗੁਨਾਹਗਾਰੀਆਂ ਵੱਲੋਂ ਆਪਣੇ ਆਪ ਨੂੰ ਮਾਰਿਆ ਆ ਕਿ ਇਹ ਕੰਮ ਗਲਤ ਹੈ ਮੈਂ ਨਹੀਂ ਕਰਨਾ, ਇਹ ਪਾਪ ਆ ਇਹ ਮੈਂ ਨਹੀਂ ਕਰਨਾ, ਇਹ ਝੂਠ ਆ ਇਹ ਮੇਰੇ ਜੀਵਨ 'ਚ ਨਹੀਂ ਹੋਣਾ ਚਾਹੀਦਾ, ਇਹ ਚੁਗਲੀ ਆ ਇਹ ਮੇਰੇ ਜੀਵਨ 'ਚ ਨਹੀਂ ਹੋਣੀ ਚਾਹੀਦੀ। ਮਤਲਬ ਮੌਕਾ ਆਉਂਦਾ ਆ ਝੂਠ ਬੋਲਣ ਦਾ, ਚੁਗਲੀ ਕਰਨ ਦਾ, ਚੋਰੀ ਕਰਨ ਦਾ, ਪਰ ਅਸੀਂ ਨਹੀਂ ਕਰਦੇ ਕਿਉਂਕਿ ਅਸੀਂ ਸਵਰਗ ਨੂੰ ਜਾਣਾ, ਕਿਉਂਕਿ ਅਸੀਂ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਬਣਨਾ, ਉਹਨੂੰ ਪ੍ਰਸੰਨ ਕਰਨਾ, ਉਹਨੂੰ ਖੁਸ਼ ਕਰਨਾ ਹੈ। ਤਾਂ ਇਹਦਾ ਮਤਲਬ ਆ ਅਸੀਂ ਪੁਰਾਣੀ ਇਨਸਾਨੀਅਤ ਵਿੱਚ ਮਰ ਚੁੱਕੇ ਆ। ਉਹ ਇਨਸਾਨ ਮਰ ਗਿਆ ਆ ਜਿਹੜਾ ਬਹੁਤ ਪਾਪ ਦੇ ਵਿੱਚ ਸੀਗਾ, ਉਹ ਇਨਸਾਨ ਮਰ ਗਿਆ ਜਿਹੜਾ ਬਹੁਤ ਲੜਾਈਆਂ ਕਰਦਾ ਸੀ, ਉਹ ਇਨਸਾਨ ਮਰ ਗਿਆ ਜਿਹੜਾ ਵਿਭਚਾਰ ਕਰਦਾ ਸੀ, ਜਿਹੜਾ ਗਾਲਾਂ ਕੱਢਦਾ ਸੀ। ਇਸ ਲਈ ਕੀ ਕਹਿੰਦਾ, ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ ਹੈ, ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਜੇਕਰ ਅਸੀਂ ਮਸੀਹ ਵਿੱਚ ਹੋ ਕੇ ਮਰਾਂਗੇ, ਅਸੀਂ ਤੌਬਾ ਕਰਕੇ ਮਰਾਂਗੇ, ਇੱਕ ਸਹੀ ਜੀਵਨ ਜੀ ਕੇ ਮਰਾਂਗੇ, ਤਾਂ ਜਿਸ ਵੇਲੇ ਮਸੀਹ ਨੇ ਪ੍ਰਗਟ ਹੋਣਾ ਆ ਆਪਣੇ ਪੂਰੇ ਤੇਜ ਵਿੱਚ, ਆਪਣੇ ਪੂਰੇ ਪ੍ਰਤਾਪ ਵਿੱਚ, ਤਾਂ ਕਹਿੰਦਾ ਤੁਸੀਂ ਵੀ ਪੂਰੇ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਹਾਲੇਲੂਇਆ। ਸਧਾਰਨ ਰੀਤੀ ਦੇ ਨਾਲ ਨਹੀਂ, ਠੀਕ ਉਸੇ ਤਰ੍ਹਾਂ ਜਿੱਦਾਂ ਪ੍ਰਭੂ ਯਿਸੂ ਮਸੀਹ। ਹਾਲੇਲੂਇਆ।
ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ ਗੰਦਮੰਦ ਕਾਮਨਾ ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਸੋ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਆਪਣੇ ਅੰਗਾਂ ਨੂੰ ਧਰਤੀ ਉੱਤੇ ਮਾਰ ਸੁੱਟੋ ਆਪਣੀਆਂ ਕਾਮਨਾਵਾਂ ਨੂੰ ਜਿਹੜੀਆਂ ਲਸਟ ਆ ਜਿਹੜੀਆਂ ਕਾਮਨਾਵਾਂ ਹਵਸ ਆ ਹਵਸ ਬਣ ਚੁੱਕੀਆਂ ਆ ਉਹਨਾਂ ਕਾਮਨਾਵਾਂ ਨੂੰ ਮਾਰ ਸੁੱਟੋ ਜਿਹੜੀਆਂ ਪਾਪ ਵੱਲ ਲੈ ਕੇ ਜਾਂਦੀਆਂ ਕਿਹੜੀਆਂ ਕਾਮਨਾਵਾਂ ਆ ਹਰਾਮਕਾਰੀ ਗੰਦਮੰਦ ਮਤਲਬ ਆਪਣੇ ਲਾਈਫ ਪਾਰਟਨਰ ਤੋਂ ਬਿਨਾਂ ਆਪਣੇ ਪਤੀ ਜਾਂ ਪਤਨੀ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਰਿਸ਼ਤੇ 'ਚ ਰਹਿਣਾ ਵਿਆਹ ਨਹੀਂ ਹੋਇਆ ਮਾਂ ਪਿਓ ਨੂੰ ਧੋਖਾ ਦੇ ਕੇ ਕਿਸੇ ਦੇ ਨਾਲ ਰਿਸ਼ਤੇ ਦੇ ਵਿੱਚ ਹੋਣਾ ਇਹ ਸਭ ਹਰਾਮਕਾਰੀਆਂ ਆ ਇਹ ਗੰਦਮੰਦ ਆ ਕਾਮਨਾ ਮਤਲਬ ਇੱਕ ਚੀਜ਼ ਆ ਕਿ ਉਹ ਮੇਰੀ ਜ਼ਰੂਰਤ ਆ ਇੱਕ ਕਾਮਨਾ ਆ ਕਿ ਸਭ ਕੁਛ ਮੈਨੂੰ ਹੀ ਮਿਲ ਜਾਵੇ ਤਾਂ ਕੀ ਕਹਿੰਦਾ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਬੁਰੀ ਇੱਛਾ ਕਈਆਂ ਦੇ ਮਨਾਂ ਦੇ ਵਿੱਚ ਨਾ ਬੁਰੀ ਇੱਛਾ ਆ ਜਾਂਦੀ ਆ ਕਿਸੇ ਮਨੁੱਖ ਦੇ ਪ੍ਰਤੀ ਵੀ ਆ ਸਕਦੀ ਆ ਕਿਸੇ ਚੀਜ਼ ਦੇ ਪ੍ਰਤੀ ਆ ਸਕਦੀ ਆ ਕਈ ਵਾਰੀ ਬੁਰੀ ਇੱਛਾ ਕੀ ਆ ਕਿ ਜਿਹੜੀ ਇੱਕ ਨੌਕਰੀ ਆ ਦੋ ਬੱਚੇ ਉਹਦੇ ਉੱਤੇ ਜਿਹੜੇ ਆ ਉਹ ਸਿਲੈਕਟ ਹੋ ਸਕਦੇ ਆ ਤਾਂ ਤੁਹਾਡੀ ਕੋਸ਼ਿਸ਼ ਕੀ ਆ ਕਿ ਮੈਂ ਦੂਜੇ ਬੱਚੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਨੌਕਰੀ ਨਹੀਂ ਮਿਲਣ ਦੇਣੀ ਦੂਜੇ ਦਾ ਮੈਂ ਰਿਸ਼ਤਾ ਇਸ ਘਰ ਵਿੱਚ ਨਹੀਂ ਹੋਣ ਦੇਣਾ ਦੂਜੇ ਦਾ ਕੰਮ ਮੈਂ ਨਹੀਂ ਬਣਨ ਦੇਣਾ ਇਹ ਇਹਨੂੰ ਚੰਗਿਆ ਨਹੀਂ ਬਣਨ ਦੇਣਾ ਇਹ ਕੀ ਆ ਬੁਰੀ ਇੱਛਾ ਕਿਸੇ ਦੇ ਵਿਰੁੱਧ ਸੋਚਦੇ ਰਹਿਣਾ ਅਤੇ ਲੋਭ ਮਤਲਬ ਲਾਲਚ ਜਿਹੜਾ ਮੂਰਤੀ ਪੂਜਾ ਲਾਲਚ ਕੀ ਆ ਇੱਕ ਮੂਰਤੀ ਪੂਜਾ ਹੈ ਮੰਨ ਲਓ ਪੈਸਾ ਆ ਪੈਸੇ ਦਾ ਲਾਲਚ ਹੋ ਗਿਆ ਕਿ ਬਹੁਤ ਸਾਰਾ ਪੈਸਾ ਮੈਨੂੰ ਮਿਲ ਜੂ ਹੁਣ ਕੀ ਆ ਪੈਸਾ ਤੁਹਾਡੇ ਪਿੱਛੇ ਨਹੀਂ ਆ ਤੁਸੀਂ ਪੈਸੇ ਦੇ ਪਿੱਛੇ ਆ ਤਾਂ ਕੀ ਆ ਤੁਸੀਂ ਇੱਕ ਮੂਰਤੀ ਪੂਜਾ ਕਰ ਰਹੇ ਤੁਸੀਂ ਪੈਸੇ ਨੂੰ ਇੱਕ ਮੂਰਤ ਬਣਾ ਲਿਆ ਜਿਹਨੂੰ ਤੁਸੀਂ ਪੂਜਦੇ ਆ ਸਵੇਰ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਖੁਆਇਸ਼ ਕਰਦੇ ਕਿ ਮੈਨੂੰ ਪੈਸਾ ਮਿਲੇ ਰਾਤ ਨੂੰ ਵੀ ਸੌਣ ਤੀਕਰ ਤੁਹਾਡੀ ਖੁਆਇਸ਼ ਕੀ ਆ ਹਾਏ ਮੈਨੂੰ ਪੈਸਾ ਮਿਲ ਜੂ ਹਾਏ ਮੇਰਾ ਪੈਸਾ ਗੁਆਚ ਨਾ ਜਾਵੇ ਕਿਸੇ ਦੇ ਕੋਲ ਬੱਚਿਆਂ ਦੇ ਲਈ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਲੋਭ ਕਿਸੇ ਵੀ ਚੀਜ਼ ਦਾ ਜ਼ਮੀਨ ਦਾ ਲਾਲਚ ਹੋ ਸਕਦਾ ਸੋਨੇ ਦਾ ਲਾਲਚ ਹੋ ਸਕਦਾ ਵਿਦੇਸ਼ ਜਾਣ ਦਾ ਲੋਭ ਹੋ ਸਕਦਾ ਕੋਈ ਵੀ ਉਹ ਚੀਜ਼ ਜਿਹਨੂੰ ਤੁਸੀਂ ਪਰਮੇਸ਼ਵਰ ਦੇ ਨਾਲੋਂ ਵੱਧ ਅਹਿਮੀਅਤ ਦਿੰਦੇ ਆ ਇੱਕ ਚੀਜ਼ ਹੁੰਦੀ ਕਿ ਮੈਂ ਸਭ ਤੋਂ ਵੱਧ ਪਿਆਰ ਫਲਾਨੇ ਨੂੰ ਕਰਦਾ ਹਾਂ ਅਗਰ ਸਭ ਤੋਂ ਵੱਧ ਦੇ ਵਿੱਚ ਨਾਮ ਪਰਮੇਸ਼ਵਰ ਸ਼ਾਮਲ ਨਹੀਂ ਆ ਸਭ ਤੋਂ ਟੌਪ ਉੱਪਰ ਨੇਮ ਪਰਮੇਸ਼ਵਰ ਸ਼ਾਮਲ ਨਹੀਂ ਆ ਪਰ ਉਹਦੀ ਥਾਂ ਤੇ ਤੁਸੀਂ ਕਹਿੰਦੇ ਕਿ ਸਭ ਤੋਂ ਵੱਧ ਪਿਆਰ ਮੈਂ ਆਪਣੀ ਵਾਈਫ ਨੂੰ ਕਰਦਾ ਆ ਸਭ ਤੋਂ ਵੱਧ ਪਿਆਰ ਮੈਂ ਆਪਣੇ ਹਸਬੈਂਡ ਨੂੰ ਕਰਦਾ ਆ ਕਰਨਾ ਚਾਹੀਦਾ ਆ ਬਾਈਬਲ ਵੀ ਇਹੀ ਕਹਿੰਦਾ ਆ ਕਿ ਪਤੀ ਜਿਹੜਾ ਆ ਉਹ ਆਪਣੀ ਪਤਨੀ ਦੇ ਪ੍ਰਤੀ ਤੇ ਪਤਨੀ ਆਪਣੇ ਪਤੀ ਦੇ ਪ੍ਰਤੀ ਪਿਆਰ ਵਿੱਚ ਆਗਿਆਕਾਰੀ ਵਿੱਚ ਤੇ ਵਫਾਦਾਰੀ ਦੇ ਵਿੱਚ ਰਹਿਣ ਬਹੁਤ ਅੱਛੀ ਰਿਲੇਸ਼ਨਸ਼ਿਪ ਵਾਸਤੇ ਕਿਹਾ ਪਰ ਫਸਟ ਲਵ ਨਹੀਂ ਆ ਇਹ ਫਸਟ ਲਵ ਕੀ ਹੋਣਾ ਚਾਹੀਦਾ ਪਹਿਲੇ ਨੰਬਰ ਦਾ ਪਿਆਰ ਕੀ ਹੋਣਾ ਚਾਹੀਦਾ ਆ ਪਰਮੇਸ਼ਵਰ ਪਤੀ ਤੋਂ ਵੀ ਪਹਿਲਾਂ ਪਰਮੇਸ਼ਵਰ ਪਤਨੀ ਤੋਂ ਵੀ ਪਹਿਲਾਂ ਪਰਮੇਸ਼ਵਰ ਪੁੱਤ ਤੋਂ ਵੀ ਪਹਿਲਾਂ ਪਰਮੇਸ਼ਵਰ ਪੈਸੇ ਤੋਂ ਵੀ ਪਹਿਲਾਂ ਪਰਮੇਸ਼ਵਰ ਪਿਤਾ ਤੋਂ ਪਹਿਲਾਂ ਪਰਮੇਸ਼ਵਰ ਮਾਂ ਤੋਂ ਪਹਿਲਾਂ ਪਰਮੇਸ਼ਵਰ ਬਿਜ਼ਨਸ ਤੋਂ ਪਹਿਲਾਂ ਪਰਮੇਸ਼ਵਰ ਵਿਦੇਸ਼ ਜਾਣ ਤੋਂ ਪਹਿਲਾਂ ਪਰਮੇਸ਼ਵਰ ਮਤਲਬ ਸਭ ਕਾਸੇ ਤੋਂ ਪਹਿਲਾਂ ਪਰਮੇਸ਼ਵਰ ਹੀ ਹੋਣੇ ਚਾਹੀਦੇ ਪ੍ਰਭੂ ਜੀ ਦਾ ਰੁਤਬਾ ਟੌਪ ਤੇ ਹੋਣਾ ਚਾਹੀਦਾ ਤੁਹਾਡੀ ਮੋਸਟ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਸਭ ਤੋਂ ਵੱਧ ਅਹਿਮੀਅਤ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਹੋਣੀ ਚਾਹੀਦੀ ਹੈ ਅਗਰ ਤੁਹਾਡੇ ਜੀਵਨ ਦੇ ਵਿੱਚ ਸਭ ਤੋਂ ਵੱਧ ਅਹਿਮੀਅਤ ਕਿਸੇ ਹੋਰ ਚੀਜ਼ ਦੀ ਆ ਤਾਂ ਉਹ ਤੁਹਾਡੇ ਲਈ ਮੂਰਤੀ ਬਣ ਚੁੱਕੀ ਆ ਉਹ ਮੂਰਤੀ ਪੂਜਾ ਬਣ ਚੁੱਕੀ ਹੈ ਔਰ ਵਚਨ ਕੀ ਕਹਿੰਦਾ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪਰਮੇਸ਼ਵਰ ਦਾ ਕ੍ਰੋਧ ਪੈਂਦਾ ਹੈ ਜਿਹੜੇ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਆ ਹਰਾਮਕਾਰੀਆਂ ਦੇ ਵਿੱਚ ਹਰਾਮਕਾਰੀ ਸਿਰਫ ਜਿਸਮਾਨੀ ਨਹੀਂ ਆ ਮਾਨਸਿਕ ਵੀ ਆ ਬਹੁਤ ਸਾਰੇ ਲੋਕ
जिस्मानी तौर पर उन्होंने को मौका नहीं मिलता, इजाजत नहीं मिलती उन्होंने, इसलिए वह कहते कि असं बड़े पवित्र हाँ। अगर तुसी जिस्मानी तौर पर पवित्र हाँ पर थोड़े मन में गंद मंद चलता रहता है, थोड़ियां अखां किसी नूं गलत नजर नाल देखदियां, थोड़े मन दे विच विचार किसी दे लई गलत आ रहे हैं, वह भी हरामकारी है। अगर तुसी मोबाइल दे उत्ते तुसी टैलीविजन दे उत्ते गलत चीजां देखते हैं, गलत सुनते हैं, तुहानूं वह चीजा ज्यादा चंगिया लगदियां जिहड़ियां पवित्रताई नूं मेनटेन नहीं रखदियां, तां वह भी हरामकारी ही है। चोरी नहीं कर पा रहे, कहो मैं तो कभी चोरी नहीं की, मैं तो बहुत सही हाँ, पर जे थोड़े दिल च यह ख्याल आता कि काश कि कैमरा ना हो तो फिर गल आ, रोज मैं नोटा च खेडना, बस आ एक कैमरे के करके ना मैं एक भी नोट इतों चक नहीं सकता, तो यदा मतलब तू चोर ही है, क्योंकि तू कैमरे का करके नहीं चक रहा, तेरा मन तो रोज उतों नोट चकदा है पर कैमरा तेन नहीं चकन दिता। कई बार साडे कोल इहो जिहियां सिचुएशनस हुंदियां कि गलती करना चाहते हैं, मन चाहता है पर हालात नहीं बनते, जे हालात नहीं बन रहे पर मन गलत हो रहा है तो वचन के अनुसार असी गलत ही हाँ, क्योंकि मन के बिना जिसम कोई भी एक्ट नहीं करता, कोई काम नहीं करता, पहला चीज थोड़े मन में आती है फिर थोड़े जिसम तो जाहिर होती है, थोड़े मन के अंदर गुस्सा आ तो मत्थे दे उत्ते तीड़ियां पै ही जानियां है, थोड़ा मन जरा खुश आ तो थोड़े चेहरे पर मुस्कुराहट आ ही जानी है, तो इदा नहीं है कि जिसम आपे ही काम करी जाता है। वचन च लिखा ना परमेश्वर नूं जिसम नाल नहीं पर मन दे नाल लेना देना है, क्यों? क्योंकि मन दे आखे जिसम लगता है, इसलिए जेहो जिहा तुहाडा मन होगा ओहो जिहा ही तुहाडा जिसम होगा। मन नूं रंग काला पसंद है तो जिसम दे उत्ते कपड़े तुसीं किहड़े रंग दे पाओगे? काले ही पाओगे। मन नूं सफेद रंग पसंद है, चिट्टा रंग पसंद है तो तुसीं चिट्टे पाओगे। मन नूं जो पसंद है तुसीं ओही अपीयरेंस लैंदे आ, उदां दे ही दिखदे आ, इसलिए अगर पाप मन दे विच आ तां पूरे दा पूरा जिसम ही पापी हो गया, क्योंकि शरीर दी जिहड़ी अख आ ओह दीवा आ, जे अख निर्मल आ ते सारा शरीर ही निर्मल आ, पर जे अख मैली आ धुंधली आ ते फिर सारा शरीर ही धुंधला आ। इसलिए असीं देखणा आ कि साडियां सोचां किधर नूं जांदियां आ, साडे ख्याल जिहड़े आ ओह किधर नूं जांदे आ, पर प्रभु सानू बदलना चाहते हैं, प्रभु नहीं चाहते कि असी अंदरों होर ते बाहरों होर होइए, प्रभु चाहते असी अंदरों बाहरों पवित्र होइए, असी अंदरों बाहरों परमेश्वर नू पसंद आने वाले होइए। हालेलुया। मान लो कि अपन कोई किसी भांडे में भोजन परोस के देना हो, जे वह भांडा अंदरों साफ आ पर बाहरों बुरी तरह लिबड़िया है, तुसी गलास ला लो कि गलास अंदरों साफ आ, पानी उहदे च साफ नजर तुहानू आ रहा है, पर बाहर उहदे बहुत गंद मंद लगा है, तुसी उस गलास च पानी पियोगे? नहीं पियोगे। जलेबी बहुत स्वाद आ पर कौड़ी तुहानू फड़ावे कि तुसी उह जलेबी खाओगे? नहीं खाओगे। भांडा बाहरों बहुत लिशकदा है, अंदरों बहुत गंदा है, कि तुसी उस भांडे विच पा के खा लोगे? खाओगे? नहीं। क्यों? क्योंकि तुहाडा मन की कह रहा, अंदरों भी साफ होवे ते बाहरों भी साफ होवे। जे असी भी गलतियां हर रोज करने वाले, सगो भी गलतियां एक घंटे च करने वाला इंसान ये डिजायर करता है, इच्छा रखता है कि भांडा अंदरों भी साफ होवे बाहरों भी साफ होवे, तो सर्वशक्तिमान परमेश्वर जेड़ा सिर्फ ते सिर्फ सिद्ध है, ओही सिद्ध है, होर कोई नहीं, वो सिद्ध परमेश्वर
ਕਿੰਨੀ ਉਪੇਕਸ਼ਾ ਰੱਖਦਾ ਆ ਸਾਡੇ ਤੋਂ ਕਿ ਅਸੀਂ ਅੰਦਰੋਂ ਤੇ ਬਾਹਰੋਂ ਸਾਫ਼ ਹੋਈਏ। ਪ੍ਰਭੂ ਇਦਾਂ ਨਹੀਂ ਚਾਹੁੰਦੇ ਕਿ ਤੁਸੀਂ ਕਹੋ ਜੀ ਮਨ ਤਾਂ ਬਹੁਤ ਸਾਫ਼ ਆ, ਮੈਂ ਪ੍ਰਾਰਥਨਾ ਮਨ ਚ ਕਰਦਾ ਆ, ਪਰ ਬਾਹਰੋਂ ਕੱਪੜੇ ਜਿਹੜੇ ਨੰਗ ਭੜੰਗੇ ਜਾਂ ਪਾਟੇ ਚ ਟੇਸ ਨਹੀਂ ਪਾਏ ਆ, ਕਿਉਂਕਿ ਸਰੀਰ ਦੇ ਨਾਲ ਤਾਂ ਪਰਮੇਸ਼ਵਰ ਨੂੰ ਕੋਈ ਲੈਣ ਦੇਣ ਨਹੀਂ ਆ। ਨੋ, ਅਗਰ ਤੁਸੀਂ ਚਰਚ ਵਿੱਚ ਆਉਂਦੇ ਆ, ਤੁਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ, ਤੁਸੀਂ ਚੰਗੇ ਆਪਣੇ ਆਪ ਦੇ ਵਿੱਚ ਅਸਲ ਰਸੂਖ ਰੱਖਦੇ ਆਤਮਕ ਰੀਤੀ ਦੇ ਵਿੱਚ, ਤਾਂ ਤੁਹਾਡਾ ਬਾਹਰੋਂ ਉੱਠਣਾ ਬੈਠਣਾ ਵੀ ਜਿਹੜਾ ਆ ਨਾ, ਉਹ ਵੀ ਦਿਸਣਾ ਚਾਹੀਦਾ ਕਿ ਹਾਂ ਤੁਸੀਂ ਧਰਮੀ ਆ, ਹਾਂ ਤੁਸੀਂ ਇੱਕ ਚੰਗੀ ਸੋਚ ਵਾਲੇ ਵਿਅਕਤੀ ਆ। ਇਸ ਲਈ ਬਹੁਤ ਜ਼ਰੂਰੀ ਆ ਅਸੀਂ ਬਾਹਰੋਂ ਵੀ ਚੰਗੇ ਹੋਈਏ, ਅਸੀਂ ਅੰਦਰੋਂ ਵੀ ਚੰਗੇ ਹੋਈਏ। ਅਰੇ ਇਹ ਇੱਛਾ ਪਰਮੇਸ਼ਵਰ ਜੀ ਦੀ ਆ। ਹਾਲੇਲੂਇਆ। ਸੋ ਆਓ ਆਪਾਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ, ਉਹਦਾ 12 ਨੰਬਰ ਅਧਿਆਏ, ਉਹਦੀ 2 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਰੋਮੀਆਂ ਦੀ ਕਿਤਾਬ 12 ਅਧਿਆਏ 2 ਨੰਬਰ ਆਏ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਹਾਲੇਲੂਇਆ, ਹਾਲੇਲੂਇਆ। ਸੋ ਵਚਨ ਕੀ ਦੱਸਦਾ, ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਜੋ ਕੁਛ ਇਸ ਸੰਸਾਰ ਵਿੱਚ ਹੋ ਰਿਹਾ ਉਦਾਂ ਦੇ ਨਾ ਬਣਦੇ ਜਾਓ। ਸੰਸਾਰ ਵਿੱਚ ਕੀ ਹੋ ਰਿਹਾ, ਮੁੰਡੇ ਮੁੰਡਿਆਂ ਦੇ ਨਾਲ ਰਹਿ ਰਹੇ, ਕੁੜੀਆਂ ਕੁੜੀਆਂ ਦੇ ਨਾਲ ਰਹਿ ਰਹੀਆਂ, ਵਿਆਹ ਕਰਵਾ ਰਹੇ ਆਪਸ ਦੇ ਵਿੱਚ। ਬਾਈਬਲ ਕੀ ਕਹਿੰਦਾ, ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਇਸ ਯੁੱਗ ਦੇ ਵਿੱਚ, ਇਸ ਸਮੇਂ ਦੇ ਵਿੱਚ ਕੀ ਹੋ ਰਿਹਾ, ਨੋ ਗੋਡ ਇੱਕ ਰਿਲੀਜਨ ਚੱਲ ਗਿਆ ਆ ਕਿ ਪਰਮੇਸ਼ਵਰ ਹੈ ਹੀ ਨਹੀਂ। ਨਿਊ ਏਜ ਟ੍ਰੈਂਡ ਉਹਨੂੰ ਕਹਿੰਦੇ ਆ, ਕਿ ਨਿਊ ਏਜ ਜਿਹੜੇ ਨਵੀਂ ਜਨਰੇਸ਼ਨ ਆ ਉਹ ਇਸ ਗੱਲ 'ਚ ਯਕੀਨ ਹੀ ਨਹੀਂ ਕਰਦੀ। ਪਰ ਵਚਨ ਕੀ ਕਹਿੰਦਾ, ਇਸ ਯੁੱਗ ਦੇ ਸਰੂਪ ਜਿਹੇ ਨਾ ਬਣੋ, ਜਿੱਦਾਂ ਦੇ ਕੰਮ ਹੋਣ ਦੇ ਲੋਕੀ ਕਰਦੇ ਤੁਸੀਂ ਉਹ ਕੰਮ ਨਹੀਂ ਕਰਨੇ, ਉਹ ਗਲਤ ਆ, ਸਗੋਂ ਬਹੁਤ ਜ਼ਿਆਦਾ ਗਲਤ ਆ। ਪਰ ਕੀ ਕਹਿੰਦਾ, ਆਪਣੀ ਬੁੱਧ ਦੇ ਨਵੇਂ ਹੋਣ ਕਰਕੇ, ਕਿਉਂਕਿ ਜਦੋਂ ਆਪਾਂ ਪਰਮੇਸ਼ਵਰ ਦੇ ਕੋਲ ਆਏ ਸੀ ਆਪਣੀ ਬੁੱਧ ਜਿਹੜੀ ਸੀ ਉਹ ਪੁਰਾਣੀ ਸੀ, ਇਹਨੂੰ ਲੱਗਦਾ ਸੀ ਗਾਲ ਵੱਟੇ ਗਾਲ ਕੱਢਣੀ ਚਾਹੀਦੀ ਆ, ਚਪੇੜ ਵੱਟੇ ਚਪੇੜ ਮਾਰਨੀ ਚਾਹੀਦੀ ਆ, ਪਰਚੇ ਬਦਲੇ ਪਰਚਾ ਕਰਾਓ, ਸੋਟੇ ਬਦਲੇ ਸੋਟਾ ਮਾਰੋ, ਮਤਲਬ ਟਿਟ ਫੋਰ ਟੈਟ, ਜੈਸੇ ਕੋ ਤੈਸਾ। ਪਰ ਜਦੋਂ ਆਪਾਂ ਪਰਮੇਸ਼ਵਰ ਜੀ ਦੇ ਵਿੱਚ ਆਏ ਤਾਂ ਵਚਨ ਨੇ ਆਪਾਂ ਨੂੰ ਕੀ ਸਿਖਾਇਆ, ਜੇ ਕੋਈ ਤੈਨੂੰ ਗਾਲੀ ਦੇਵੇ ਤਾਂ ਤੂੰ ਉਹਨੂੰ ਅਸੀਸ ਦੇ, ਜਿਹੜੇ ਤੈਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰ, ਜੇ ਤੇਰਾ ਵੈਰੀ ਤੇਰੇ ਘਰ ਵਿੱਚ ਆਵੇ ਤਾਂ ਉਹਨੂੰ ਪਾਣੀ ਦੇ। ਤਾਂ ਬੁੱਧ ਨਵੀਂ ਹੋ ਗਈ, ਇੱਕ ਨਿਊ ਫਾਰਮੂਲਾ ਸਾਨੂੰ ਮਿਲ ਗਿਆ। ਤਾਂ ਕਹਿੰਦਾ, ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਜਿਹੜੀ ਬੁੱਧ ਤੁਹਾਨੂੰ ਪਰਮੇਸ਼ਵਰ ਨੇ ਦਿੱਤੀ ਆ ਉਹਦਾ ਕਰਕੇ ਤੁਸੀਂ ਇੱਕ ਡਿਫਰੈਂਟ ਸਰੂਪ ਵਿੱਚ ਬਦਲਣਾ ਆ, ਇਸ ਸੰਸਾਰ ਦੇ ਸਰੂਪ ਵਿੱਚ ਨਹੀਂ, ਅਸੀਂ ਉਸ ਸਰੂਪ ਵਿੱਚ ਬਦਲਣਾ ਆ ਜਿਹੜਾ ਗਲੋਰੀ ਟੂ ਗਲੋਰੀ ਹੋ ਜਾਂਦਾ ਆ, ਜਿਹੜਾ ਗਲੋਰੀਅਸ ਆ, ਜਿਹੜਾ ਮਹਿਮਾਮਈ ਆ। ਹਾਲੇਲੂਇਆ। ਔਰ ਜਿਹੜਾ ਇੱਥੇ ਸ਼ਬਦ ਆ ਨਾ, ਬਦਲਦੇ ਜਾਓ, ਬਦਲਣਾ ਸ਼ਬਦ, ਇੰਗਲਿਸ਼ ਦੇ ਵਿੱਚ ਇਹਨੂੰ ਲਿਖਿਆ ਟ੍ਰਾਂਸਫਾਰਮ, ਪਰ ਗ੍ਰੀਕ ਦੇ ਵਿੱਚ ਇਹ ਜਿਹੜਾ ਸ਼ਬਦ ਆ ਇਹਨੂੰ ਲਿਖਿਆ ਆ ਮੈਟਾਮੋਰਫੋਸਿਸ, ਮੈਟਾਮੋਰਫੋਸਿਸ, ਜਿਹਦਾ ਮਤਲਬ ਕੀ ਆ, ਇਹਦਾ ਇਸਤੇਮਾਲ ਕੀਤਾ ਜਾਂਦਾ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਣ ਵਾਸਤੇ। ਜਿੱਦਾਂ ਜਿਹੜੇ ਸਾਇੰਸ ਦੇ ਸਟੂਡੈਂਟਸ ਉਹਨਾਂ ਨੂੰ ਪਤਾ ਆ, ਕੈਟਰਪਿਲਰ ਇੱਕ ਤਰ੍ਹਾਂ ਦੀ ਸੁੰਡੀ ਆ, ਰੁੱਖਾਂ ਨੂੰ ਅੰਗੂਰਾਂ ਨੂੰ ਵੀ ਲੱਗਦੀ ਆ, ਔਰੇਂਜਸ ਨੂੰ ਵੀ ਲੱਗਦੀ ਆ, ਤੇ ਉਹਨੂੰ ਕੈਟਰਪਿਲਰ ਕਹਿੰਦੇ, ਐਡੀ ਕੁ ਸੁੰਡੀ ਹੁੰਦੀ ਆ। ਜਦੋਂ ਉਹ ਸੁੰਡੀ ਤਿੱਤਲੀ ਵਿੱਚ ਬਦਲ ਜਾਂਦੀ ਆ ਤੇ ਉਹਦੇ ਪਰਿਵਰਤਨ ਨੂੰ ਕਿਹਾ ਜਾਂਦਾ ਆ ਮੈਟਾਮੋਰਫੋਸਿਸ। ਸਮਝ ਲੱਗੀ ਤੁਹਾਨੂੰ? ਇਸੇ ਤਰ੍ਹਾਂ ਜਦੋਂ ਟੈਡਪੋਲਸ ਫਰੋਗ ਬਣ ਜਾਂਦੇ ਆ, ਉਹ ਨਿੱਕੇ ਨਿੱਕੇ ਜੇ ਡੱਡੂ ਜਦੋਂ ਇੰਨੇ ਛੋਟੇ ਹੁੰਦੇ ਕਿ ਪਤਾ ਨਹੀਂ ਲੱਗਦਾ ਇਹ ਮੱਛੀ ਆ ਕਿ ਡੱਡੂ ਆ, ਖਾਲੀਆਂ ਦੇ ਵਿੱਚ ਕਈਆਂ ਨੇ ਦੇਖੇ ਹੋਣੇ ਨਾ, ਗੁੱਛਿਆਂ ਦੇ ਗੁੱਛੇ ਹੁੰਦੇ,
ਤਾਂ ਟੈਡਪੋਲਸ ਕਹਿੰਦੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ। ਜਦੋਂ ਟੈਡਪੋਲਸ ਫਰੋਗ ਬਣ ਜਾਂਦੇ ਤੇ ਉਹ ਸਾਰੇ ਪਰਿਵਰਤਨ ਨੂੰ ਕੀ ਕਹਿੰਦੇ ਆ? ਮੈਟਾਮੋਰਫੋਸਿਸ। ਗ੍ਰੀਕ ਦਾ ਸ਼ਬਦ ਹੈ। ਅੱਜ ਕੱਲ ਇਸ ਸ਼ਬਦ ਨੂੰ ਇਸ ਪਰਿਵਰਤਨ ਲਈ ਇਸਤੇਮਾਲ ਕੀਤਾ ਜਾਂਦਾ। ਹੁਣ ਸਾਡੇ ਲਈ ਇਹ ਸ਼ਬਦ ਪਹਿਲਾਂ ਹੀ ਇਸਤੇਮਾਲ ਕੀਤਾ ਗਿਆ ਹੈ ਹਜ਼ਾਰਾਂ ਸਾਲ ਪਹਿਲਾਂ। ਕਿਉਂ? ਕਹਿੰਦਾ ਜਿੱਦਾਂ ਕੈਟਰਪਿਲਰ ਬਟਰਫਲਾਈ ਹੋ ਗਿਆ, ਟੈਡਪੋਲ ਫਰੋਗ ਹੋ ਗਿਆ, ਤਾਂ ਗੁਰਸ਼ਰਨ ਕੀ ਹੋ ਜਾਵੇ? ਪਰਮੇਸ਼ਵਰ ਦੀ ਬੇਟੀ। ਹਾਲੇਲੂਇਆ। ਇੱਕ ਸਧਾਰਨ ਇਨਸਾਨ ਕੀ ਹੋ ਜਾਵੇ? ਪਰਮੇਸ਼ਵਰ ਦਾ ਬੇਟਾ। ਹਾਲੇਲੂਇਆ। ਜਿੱਦਾਂ ਇੱਕ ਸੁੰਡੀ ਤਿੱਤਲੀ ਬਣ ਗਈ ਆ, ਇੱਕ ਨਿੱਕਾ ਜਿਹਾ ਡੱਡੂ ਦਾ ਅੰਸ਼ ਪੂਰਾ ਡੱਡੂ ਬਣ ਗਿਆ ਆ, ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਇਆ ਹੋਇਆ ਇਨਸਾਨ ਮੁਕੰਮਲ ਰੀਤੀ ਦੇ ਨਾਲ ਪਰਮੇਸ਼ਵਰ ਜਿਹਾ ਬਣ ਜਾਏ, ਇਹ ਪਰਮੇਸ਼ਵਰ ਦੀ ਇੱਛਾ ਆ। ਔਰ ਪਰਮੇਸ਼ਵਰ ਜੀ ਸਾਨੂੰ ਬਦਲਣਾ ਚਾਹੁੰਦੇ ਆ। ਇਸ ਲਈ ਵਚਨ 'ਚ ਕੀ ਲਿਖਿਆ? ਇਸ ਜਗਤ ਦੇ ਸਰੂਪ ਜਿਹੇ ਨਹੀਂ, ਬੁੱਧ ਦੇ ਨਵੇਂ ਹੋਣ ਕਰਕੇ ਤੁਸੀਂ ਨਵੇਂ ਸਰੂਪ ਦੇ ਵਿੱਚ ਬਦਲਣਾ ਆ, ਹੋਰ ਸਰੂਪ ਦੇ ਵਿੱਚ, ਤਾਂ ਜੋ ਤੁਸੀਂ ਸਿਆਣ ਲਵੋ। ਇਸ ਲਈ ਅਸੀਂ ਇੱਕ ਵੱਖਰੇ ਸਰੂਪ ਵਿੱਚ ਜਾਣਾ, ਤਾਂ ਜੋ ਸਾਨੂੰ ਸਿਆਣ ਆ ਜਾਵੇ, ਸਮਝ ਆ ਜਾਵੇ ਭਈ ਪਰਮੇਸ਼ਵਰ ਦੀ ਚੰਗੀ ਤੇ ਮਨ ਭਾਉਂਦੀ ਤੇ ਪੂਰੀ ਇੱਛਾ ਕੀ ਆ। ਉਸ ਲੈਵਲ ਤੇ ਅਸੀਂ ਪਹੁੰਚਣਾ ਆ ਜਿੱਥੇ ਸਾਨੂੰ ਪਰਮੇਸ਼ਵਰ ਦੀ ਇੱਛਾ ਦੀ ਸਮਝ ਆ ਜਾਵੇ ਕਿ ਪ੍ਰਭੂ ਦੀ ਸਾਡੇ ਪ੍ਰਤੀ ਇੱਛਾ ਕੀ ਆ, ਪ੍ਰਭੂ ਨੂੰ ਸਭ ਤੋਂ ਬੈਸਟ ਕੀ ਲੱਗਦਾ ਆ, ਮਨ ਭਾਉਣਾ ਕੀ ਹੁੰਦਾ, ਪਰਮੇਸ਼ਵਰ ਦੇ ਮਨ ਨੂੰ ਪਸੰਦ ਕੀ ਆਉਂਦਾ ਆ। ਅਜੇ ਬਹੁਤ ਸਾਰੇ ਲੋਕ ਉਸ ਰੈਲਮ ਚੋਂ ਬਾਹਰ ਆ, ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਬਾਹਰ ਆ। ਉਹ ਪੁੱਛਦੇ, ਪਾਸਟਰ ਜੀ ਸਾਨੂੰ ਦੱਸੋ ਪਰਮੇਸ਼ਵਰ ਦੀ ਸਾਡੇ ਜੀਵਨ ਵਿੱਚ ਕੀ ਇੱਛਾ ਆ? ਪਰ ਪਰਮੇਸ਼ਵਰ ਦੀ ਇੱਛਾ ਕੀ ਆ? ਤੁਸੀਂ ਉਸ ਲੈਵਲ ਤੇ ਪਹੁੰਚੋ ਜਿੱਥੇ ਤੁਹਾਨੂੰ ਸਿੱਧੀ ਸਮਝ ਆਏ ਕਿ ਪਰਮੇਸ਼ਵਰ ਦੀ ਇੱਛਾ ਕੀ ਆ। ਪ੍ਰਭੂ ਸਾਨੂੰ ਉਸ ਬਦਲਾਵ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਪ੍ਰਭੂ ਦੀ ਇੱਛਾ ਇਹ ਨਹੀਂ ਆ ਕਿ ਆਪਾਂ ਸਿਰਫ ਹਰ ਐਤਵਾਰ ਤੇ ਹਰ ਵੀਰਵਾਰ ਆਈਏ ਤੇ ਵੀਜ਼ੇ ਦੀ ਪ੍ਰਾਰਥਨਾ ਹੋ ਜਾਏ, ਘਰ ਦੀ ਪ੍ਰਾਰਥਨਾ ਹੋ ਜਾਏ, ਚੰਗਿਆਈ ਦੀ ਪ੍ਰਾਰਥਨਾ ਹੋ ਜਾਏ। ਨਹੀਂ, ਇਹ ਉਹਦੀ ਮਨ ਭਾਉਂਦੀ ਇੱਛਾ ਨਹੀਂ ਆ, ਇਹ ਤਾਂ ਫ੍ਰੀ ਆਫ ਕਾਸਟ ਆ। ਕਈ ਵਾਰੀ ਆਪਾਂ ਵਾਸ਼ਿੰਗ ਮਸ਼ੀਨ ਲੈਂਦੇ ਤਾਂ ਪ੍ਰੈਸ ਫ੍ਰੀ ਮਿਲ ਜਾਂਦੀ ਆ, ਤੁਹਾਡੀ ਇੱਛਾ ਪ੍ਰੈਸ ਖਰੀਦਣ ਦੀ ਨਹੀਂ ਸੀ, ਤੁਹਾਡੀ ਇੱਛਾ ਕੀ ਸੀ? ਵਾਸ਼ਿੰਗ ਮਸ਼ੀਨ ਖਰੀਦਣ ਦੀ, ਪਰ ਪ੍ਰੈਸ ਤਾਂ ਤੁਹਾਨੂੰ ਫ੍ਰੀ ਵਿੱਚ ਮਿਲ ਗਈ। ਹੁੰਦੇ ਨਾ ਆਫਰਸ ਆਉਂਦੇ ਆ, ਇਸੇ ਤਰ੍ਹਾਂ ਪਰਮੇਸ਼ਵਰ ਦੀ ਇੱਛਾ ਆ ਮਨੁੱਖ ਮੁਕਤੀ ਨੂੰ ਪ੍ਰਾਪਤ ਕਰੇ, ਚੰਗਿਆਈ, ਸ਼ਿਫਾ, ਛੁਟਕਾਰਾ, ਬਰਕਤਾਂ, ਇਹ ਸਭ ਉਹਨੂੰ ਮੁਕਤੀ ਦੇ ਨਾਲ ਮੁਫਤ ਵਿੱਚ ਦਿੱਤੀਆਂ ਜਾਣ। ਹਾਲੇਲੂਇਆ। ਪਰ ਅਸੀਂ ਕੀ ਕਰਦੇ? ਅਸੀਂ ਵਾਸ਼ਿੰਗ ਮਸ਼ੀਨ ਨੂੰ ਛੱਡ ਕੇ ਅਸੀਂ ਪ੍ਰੈਸ ਵੱਲ ਨੂੰ ਇੰਪ੍ਰੈਸ ਹੋ ਗਏ ਆ, ਅਸੀਂ ਪ੍ਰੈਸ ਦੇ ਪਿੱਛੇ ਹੀ ਲਮਕ ਗਏ ਆ। ਪਰ ਆਪਣਾ ਟਾਰਗੇਟ ਨਾ ਛੱਡੋ, ਆਪਣੇ ਨਿਸ਼ਾਨੇ ਤੋਂ ਨਾ ਖੁੰਝੋ। ਅਗਰ ਤੁਸੀਂ ਨਿਸ਼ਾਨਾ ਸੈੱਟ ਨਹੀਂ ਕੀਤਾ ਤਾਂ ਆਪਣਾ ਨਿਸ਼ਾਨਾ ਮਿੱਥੋ। ਸਾਨੂੰ ਨਿਕਲਣਾ ਆ ਬਾਹਰ ਲੱਤਾਂ ਦੀਆਂ ਪੀੜਾਂ ਦੇ ਵਿੱਚੋਂ, ਸਾਨੂੰ ਨਿਕਲਣਾ ਆ ਬਾਹਰ ਪੇਟ ਦੀ ਦਰਦ ਵਿੱਚੋਂ, ਨਿਕਲਣਾ ਆ ਬਾਹਰ ਜਾਦੂ ਟੋਣਿਆਂ ਚੋਂ। ਕਿੱਦਾਂ ਨਿਕਲਾਂਗੇ? ਜਦ ਅਸੀਂ ਪਰਮੇਸ਼ਵਰ ਦੇ ਪਿੱਛੇ ਦੌੜਾਂਗੇ, ਸਭ ਚੰਗਿਆਈਆਂ ਸਾਨੂੰ ਪਿੱਛੇ ਪੈ ਕੇ ਮਿਲਣਗੀਆਂ। ਹਾਲੇਲੂਇਆ। ਜਦ ਅਸੀਂ ਵਚਨ ਦੇ ਪਿੱਛੇ ਚੱਲਾਂਗੇ, ਬਰਕਤਾਂ ਸਾਡੇ ਪਿੱਛੇ ਪਿੱਛੇ ਚੱਲਣਗੀਆਂ। ਹਾਲੇਲੂਇਆ। ਜਦ ਅਸੀਂ ਪਰਮੇਸ਼ਵਰ ਜੀ ਨੂੰ ਆਪਣੇ ਜੀਵਨ ਦੇ ਵਿੱਚ ਟੌਪ ਉੱਤੇ ਰੱਖਾਂਗੇ, ਪਰਮੇਸ਼ਵਰ ਸਾਨੂੰ ਟੌਪ ਉੱਤੇ ਲੈ ਕੇ ਜਾਣਗੇ। ਹਾਲੇਲੂਇਆ। ਔਰ ਟੌਪ ਉੱਤੇ ਪਹੁੰਚਣ ਦੇ ਲਈ ਟੌਪਿਕ ਬਣਨਾ ਪੈਂਦਾ ਆ। ਹਾਲੇਲੂਇਆ। ਸਮਝਦੇ ਹੋ? ਟੌਪ ਉੱਤੇ ਪਹੁੰਚਣ ਦੇ ਲਈ ਟੌਪਿਕ ਬਣਨਾ ਪੈਂਦਾ ਆ। ਕਈ ਵਾਰੀ ਕੀ ਹੁੰਦਾ, ਕੋਈ ਤੁਹਾਨੂੰ ਆਣ ਕੇ ਕਹਿੰਦਾ, ਲੋਕ ਆਪਕੇ ਬਾਰੇ ਮੈਂ ਬਾਤੇਂ ਬਹੁਤ ਕਰਤੇ ਹੈ, ਤੁਹਾਡੇ ਬਾਰੇ ਲੋਕ ਗੱਲਾਂ ਬੜੀਆਂ ਕਰਦੇ ਆ, ਤੇ ਤੁਸੀਂ ਕੀ ਰਿਪਲਾਈ ਕਰਨਾ ਹੈ? ਕੀ ਕਹਿੰਦੇ ਸੀ ਇਹ? ਨੋ, ਬਾਤੇਂ ਕਿਨ ਕੀ ਹੋਤੀ ਹੈ ਜਿਨਮੇ ਕੋਈ ਬਾਤ ਹੋਤੀ ਹੈ। ਗੱਲਾਂ ਕਿਹਦੀਆਂ ਹੁੰਦੀਆਂ? ਜਿਹਦੀ ਕੋਈ ਗੱਲਬਾਤ ਹੁੰਦੀ ਆ। ਹਾਲੇਲੂਇਆ। ਤਾਂ ਟੌਪ ਤੇ ਜਾਣ ਦੇ ਲਈ ਟੌਪਿਕ ਬਣਨਾ ਆ। ਔਰ ਅਗਰ ਲੋਕੀ ਤੁਹਾਨੂੰ ਟੌਪਿਕ ਬਣਾ ਰਹੇ ਆ, ਤਾਂ ਸਮਝੋ ਤੁਸੀਂ ਟੌਪ ਤੇ ਜਾਣ ਦੀ ਤਿਆਰੀ ਦੇ ਵਿੱਚ ਆ। ਹਾਲੇਲੂਇਆ। ਤੁਸੀਂ ਟੌਪ ਤੇ ਪਹੁੰਚਣ ਹੀ ਵਾਲੇ ਆ। ਹਾਲੇਲੂਇਆ। ਤੁਹਾਡਾ ਸਫ਼ਰ ਜਿਹੜਾ ਆ ਉਹ ਬਿਲਕੁਲ ਸਹੀ ਆ, ਤੁਹਾਡਾ ਮੁਕਾਮ ਜਿਹੜਾ ਆ ਉਹ ਨੇੜੇ ਆ, ਜੇ ਲੋਕੀ ਤੁਹਾਡੇ ਬਾਰੇ ਗੱਲਾਂ ਕਰਨ। ਔਰ ਵਚਨ 'ਚ ਲਿਖਿਆ ਹੋਇਆ ਕਹਿੰਦਾ, ਜਦ ਮੇਰੇ ਨਾਮ ਦੇ ਲੋਕੀ ਤੁਹਾਨੂੰ
ਬੋਲੀਆਂ ਮਾਰਨ ਤਾਂ ਸੁਤਾਉਣ ਤੁਸੀਂ ਜਾਣਿਓ ਕਿ ਤੁਸੀਂ ਸਹੀ ਚਾਲ ਚੱਲ ਰਹੇ ਹੋ ਹਾਲੇਲੂਇਆ ਸੋ ਅਗਲੀ ਆਇਤ ਆਪਾਂ ਦੇਖਾਂਗੇ ਰਸੂਲਾਂ ਦੇ ਕੰਮ ਉਹਦਾ 2 ਨੰਬਰ ਅਧਿਆਇ ਉਹਦੀ 38 ਨੰਬਰ ਆਇਤ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਹਾਲੇਲੂਇਆ ਹੁਣ ਪ੍ਰਭੂ ਦੇ ਚੇਲੇ ਨੇ ਕੀ ਕਿਹਾ ਕਹਿੰਦਾ ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਸੋ ਜਿਹੜਾ ਇੱਥੇ ਸ਼ਬਦ ਆ ਤੌਬਾ ਇੰਗਲਿਸ਼ ਦੇ ਵਿੱਚ ਸ਼ਬਦ ਆ ਰਿਪੈਂਟ ਰਿਪੈਂਟੈਂਸ ਦਾ ਸ਼ਾਰਟ ਫਾਰਮ ਆ ਰਿਪੈਂਟ ਪਰ ਇਹ ਗ੍ਰੀਕ ਦਾ ਕੀ ਸ਼ਬਦ ਆ ਮੈਟਨੋਇਆ ਕੀ ਸ਼ਬਦ ਆ ਮੈਟਨੋਇਆ ਜਿਹਦਾ ਮਤਲਬ ਆ ਮੇਜਰ ਚੇਂਜ ਜਿਹਦਾ ਮਤਲਬ ਆ ਬਦਲਾਵ ਤਾਂ ਇੱਥੇ ਵਚਨ ਸਾਨੂੰ ਕੀ ਕਹਿੰਦਾ ਆ ਆਪਣੇ ਵਿੱਚ ਬਦਲਾਵ ਲੈ ਕੇ ਆਓ ਤੌਬਾ ਕਰੋ ਦਾ ਮਤਲਬ ਕੀ ਆ ਬਦਲ ਜਾਓ ਮੇਜਰ ਚੇਂਜ ਦਾ ਮਤਲਬ ਕੀ ਹੁੰਦਾ ਵੱਡਾ ਬਦਲਾਵ ਲੈ ਕੇ ਆਓ ਥੋੜਾ ਜਿਹਾ ਨਹੀਂ ਪੂਰਾ ਬਦਲਾਵ ਲੈ ਕੇ ਆਓ ਕਈ ਵਾਰੀ ਕੁਝ ਸ਼ਬਦ ਟ੍ਰਾਂਸਲੇਸ਼ਨ ਦੇ ਵਿੱਚ ਸੌਖੇ ਕਰਨ ਦੇ ਚੱਕਰ ਵਿੱਚ ਉਹਨਾਂ ਦਾ ਪ੍ਰਭਾਵ ਵੀ ਜਿਹੜਾ ਆ ਉਹ ਘਟ ਗਿਆ ਆ ਪਰ ਜਿੱਥੇ ਆ ਗਿਆ ਬਦਲਾਵ ਲੈ ਕੇ ਆਓ ਬਦਲਾਵ ਤੁਹਾਡੇ ਕੰਮਾਂ ਵਿੱਚ ਵੀ ਬਦਲਾਵ ਨਜ਼ਰ ਆਏ ਤੁਹਾਡੇ ਪਹਿਨਣ ਦੇ ਵਿੱਚ ਬਦਲਾਵ ਨਜ਼ਰ ਆਏ ਤੁਹਾਡੇ ਉੱਠਣ ਬੈਠਣ ਦੇ ਵਿੱਚ ਬਦਲਾਵ ਨਜ਼ਰ ਆਏ ਤੁਹਾਡੇ ਅੱਖਰਾਂ 'ਚ ਬਦਲਾਵ ਨਜ਼ਰ ਆਏ ਤੁਹਾਡੀਆਂ ਸੋਚਾਂ 'ਚ ਬਦਲਾਵ ਨਜ਼ਰ ਆਏ ਮਤਲਬ ਟੌਪ ਟੂ ਟੋ ਸਿਰ ਤੋਂ ਪੈਰਾਂ ਤੱਕ ਬਦਲਾਵ ਨਜ਼ਰ ਆਏ ਔਰ ਪਤਰਸ ਨੇ ਇਹੀ ਗੱਲ ਉਹਨਾਂ ਨੂੰ ਕਹੀ ਕਿ ਤੁਸੀਂ ਬਦਲ ਜਾਓ ਹੁਣ ਤੁਸੀਂ ਪੁਰਾਣੇ ਇਨਸਾਨ ਨਾ ਰਹੋ ਹੁਣ ਪੁਰਾਣੇ ਰੀਤੀ ਰਿਵਾਜਾਂ ਵਿੱਚ ਫਸੇ ਹੋਏ ਨਾ ਰਹੋ ਪੁਰਾਣੇ ਗਲਤ ਕੰਮਾਂ ਵਿੱਚ ਪੁਰਾਣੀ ਇਨਸਾਨੀਅਤ ਵਿੱਚ ਫਸੇ ਨਾ ਰਹੋ ਪਰ ਬਦਲ ਜਾਓ ਤੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ ਪਾਪਾਂ ਦਾ ਇਕਰਾਰ ਕਰੋ ਤੇ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ ਜੇਕਰ ਤੁਸੀਂ ਬਦਲ ਜਾਓਗੇ ਪਾਪ ਦੀ ਮਾਫੀ ਲਈ ਬਪਤਿਸਮਾ ਲਵੋਗੇ ਤਦ ਪਰਮੇਸ਼ਵਰ ਦੇ ਹਜ਼ੂਰੋਂ ਤੁਹਾਡੇ ਲਈ ਪਵਿੱਤਰ ਆਤਮਾ ਦਾ ਦਾਨ ਆ ਤਦ ਪਵਿੱਤਰ ਆਤਮਾ ਤੁਸੀਂ ਪਾਓਗੇ ਦੇਖੋ ਅਗਰ ਕੋਈ ਇਨਸਾਨ ਇਹ ਗੱਲ ਕਹਿੰਦਾ ਕਿ ਮੈਨੂੰ ਤਾਂ ਪਵਿੱਤਰ ਆਤਮਾ ਦਾ ਵਰਦਾਨ ਮਿਲਿਆ ਆ ਪਰ ਉਹ ਝੂਠ ਬੋਲਦਾ ਆ ਇਹਦਾ ਮਤਲਬ ਉਹਨੂੰ ਪਵਿੱਤਰ ਆਤਮਾ ਦਾ ਵਰਦਾਨ ਨਹੀਂ ਮਿਲਿਆ ਜੇ ਕੋਈ ਬੰਦਾ ਕਹਿੰਦਾ ਮੈਂ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਆ ਮੈਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲਿਆ ਪਰ ਉਹ ਵਿਭਚਾਰੀ ਆ ਕਿਸੇ ਦਾ ਨੁਕਸਾਨ ਕਰਦਾ ਆ ਕਿਸੇ ਬਾਰੇ ਗਲਤ ਬੋਲਦਾ ਆ ਪਰਮੇਸ਼ਵਰ ਦੇ ਵਚਨ ਦੀ ਕਦਰ ਨਹੀਂ ਕਰਦਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦਾ ਇਹਦਾ ਮਤਲਬ ਉਹਨੂੰ ਪਵਿੱਤਰ ਆਤਮਾ ਨਹੀਂ ਮਿਲਿਆ ਹਾਂ ਹੋ ਸਕਦਾ ਇੱਕ ਟਾਈਮ ਲਈ ਉਹਨੂੰ ਉਹ ਦਾਨ ਮਿਲਿਆ ਹੋਇਆ ਹੋਵੇ ਪਰ ਵਚਨ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਉਹਦੇ ਆਤਮਾ ਨੂੰ ਉਦਾਸ ਨਾ ਕਰੋ ਉਹਨੂੰ ਨਾ ਬੁਝਾਓ ਇਹਦਾ ਮਤਲਬ ਜਦੋਂ ਪਵਿੱਤਰ ਆਤਮਾ ਉਦਾਸ ਹੁੰਦਾ ਆ ਤੇ ਉਹ ਬੁਝ ਜਾਂਦਾ ਬੁਝ ਜਾਣ ਦਾ ਮਤਲਬ ਉਹ ਉਹਨੂੰ ਛੱਡ ਕੇ ਫਿਰ ਚੱਲਿਆ ਜਾਂਦਾ ਹੈ ਜੇਕਰ ਅਸੀਂ ਗਲਤ ਕੰਮ ਕਰਾਂਗੇ ਪਵਿੱਤਰ ਆਤਮਾ ਨਿਰਾਸ਼ ਹੋ ਜਾਏਗਾ ਜੇਕਰ ਅਸੀਂ ਗਲਤ ਕੰਮ ਕਰਦੇ ਰਵਾਂਗੇ ਨਾ ਸੁਧਰੇ ਉਹਨੇ ਬੁਝ ਜਾਣਾ ਆ ਉਹਨੇ ਸਾਡੇ ਜੀਵਨ 'ਚ ਸਾਨੂੰ ਕੋਈ ਸਲਾਹ ਨਹੀਂ ਦੇਣੀ ਕੋਈ ਕੰਮ ਨਹੀਂ ਕਰਨਾ ਪਰ ਉਹਨੇ ਸਾਨੂੰ ਛੱਡ ਕੇ ਫਿਰ ਚਲੇ ਜਾਣਾ ਹੈ ਪਰ ਜੇ ਅਸੀਂ ਚਾਹੁੰਦੇ ਹਾਂ ਪਵਿੱਤਰ ਆਤਮਾ ਆਲ ਦਾ ਟਾਈਮ ਸਾਡੇ ਨਾਲ ਹੋਵੇ ਹਰ ਵੇਲੇ ਫਿਰ ਸਾਨੂੰ ਆਪਣੇ ਕੰਮਾਂ ਤੇ ਗੌਰ ਕਰਨਾ ਪੈਣਾ ਆਪਣੇ ਸੁਭਾਅ ਤੇ ਗੌਰ ਕਰਨਾ ਪੈਣਾ ਆਪਣੀਆਂ ਸੋਚਾਂ ਵਿਚਾਰਾਂ ਤੇ ਗੌਰ ਕਰਨਾ ਪੈਣਾ ਹਾਲੇਲੂਇਆ ਹਾਲੇਲੂਇਆ ਸੋ ਅੱਜ ਦਾ ਵਚਨ ਸਾਨੂੰ ਇਹ ਸਿਖਾਉਂਦਾ ਆ ਕਿ ਪਰਮੇਸ਼ਵਰ ਜੀ ਸਾਨੂੰ ਬਦਲਣਾ ਚਾਹੁੰਦੇ ਆ ਹਾਲੇਲੂਇਆ ਕੀ ਤੁਸੀਂ ਬਦਲਣ ਦੇ ਲਈ ਤਿਆਰ ਆ ਕਿੰਨੇ ਜਾਣੇ ਬਦਲਣ ਦੇ ਲਈ ਤਿਆਰ ਆ ਇਹਦਾ ਮਤਲਬ ਤੁਸੀਂ ਅਜੇ ਤੱਕ ਬਦਲੇ ਨਹੀਂ ਸੀ ਹਲੇ ਤੁਸੀਂ ਵਿਗੜੇ ਹੀ ਸੀ ਇੰਨੇ ਚਿਰ ਦੇ ਹੈ ਪਰ ਤੁਸੀਂ ਅੱਜ ਬਦਲ ਜਾਓਗੇ ਹਾਲੇਲੂਇਆ ਕਿਉਂਕਿ ਵਚਨ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਗਰ ਤੁਸੀਂ ਮੰਗੋਗੇ ਕਿ ਪ੍ਰਭੂ ਮੈਂ ਅੱਜ ਬਦਲਣਾ ਚਾਹਣਾ ਔਰ ਬਦਲ ਕੇ ਉਦਾਂ ਦਾ ਬਣਨਾ ਚਾਹਣਾ ਪਿਤਾ
ਜਿੱਦਾਂ ਦਾ ਮੈਂ ਤੁਹਾਨੂੰ ਪਸੰਦ ਆ ਸਕਾਂ ਤਾਂ ਡੈਫੀਨਿਟਲੀ ਤੁਸੀਂ ਅੱਜ ਬਦਲ ਜਾਓਗੇ। ਅੱਜ ਤੁਸੀਂ ਕਹੋ ਕਿ ਪ੍ਰਭੂ ਮੇਰਾ ਬਹਿਣਾ ਉੱਠਣਾ ਬਦਲ ਜਾਏ, ਪ੍ਰਭੂ ਮੇਰਾ ਬਹਿਣਾ ਉੱਠਣਾ ਵੀ ਤੁਹਾਨੂੰ ਪਸੰਦ ਆਉਣ ਵਾਲਾ ਹੋਏ, ਪ੍ਰਭੂ ਜੀ ਮੇਰਾ ਤੁਰਨਾ ਫਿਰਨਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ, ਮੇਰੇ ਨਾਲ ਜਿਹੜੇ ਰਹਿੰਦੇ ਆ ਲੋਕੀ ਉਹ ਤੁਹਾਨੂੰ ਪਸੰਦ ਆਉਣ ਵਾਲੇ ਹੋਣ, ਮੇਰੇ ਕੰਮ ਤੁਹਾਨੂੰ ਪਸੰਦ ਆਉਣ, ਮੇਰਾ ਮਨ ਤੁਹਾਨੂੰ ਪਸੰਦ ਆਏ, ਮੇਰੀਆਂ ਸੋਚਾਂ ਮੇਰੇ ਵਿਚਾਰ ਤੁਹਾਨੂੰ ਪਸੰਦ ਆਉਣ। ਪ੍ਰਭੂ ਮੈਨੂੰ ਬਦਲ ਦਿਓ, ਮੈਂ ਬਦਲ ਕੇ ਪ੍ਰਭੂ ਤੁਹਾਡੀ ਪਸੰਦ ਦਾ ਇਨਸਾਨ ਬਣਨਾ ਚਾਹੁੰਦਾ ਆ। ਮੈਂ ਇੱਕ ਸਧਾਰਨ ਵਿਅਕਤੀ ਤੋਂ, ਮੈਂ ਇੱਕ ਆਰਡੀਨਰੀ ਪਰਸਨੈਲਿਟੀ ਤੋਂ ਐਕਸਟਰਾਆਰਡੀਨਰੀ ਪਰਸਨ ਬਣਨਾ ਚਾਹੁੰਦਾ ਆ। ਮੈਂ ਖਾਸਾ ਖਾਸ ਬਣਨਾ ਚਾਹੁੰਦਾ ਆ। ਮੈਂ ਇੱਕ ਸਧਾਰਨ ਸ਼ਖਸੀਅਤ ਵਿੱਚ ਨਹੀਂ ਪਰ ਪਰਮੇਸ਼ਵਰ ਉਸ ਸ਼ਖਸੀਅਤ ਦੇ ਵਿੱਚ ਢਲਣਾ ਚਾਹੁੰਦਾ ਜੋ ਪਰਮੇਸ਼ਵਰ ਜੀ ਤੁਹਾਡੇ ਸਰੂਪ ਦੇ ਉੱਤੇ ਆ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਤੱਕ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਬਣੀ ਰਹੇ। ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।